ਭਾਜੀ ਉੱਤੋਂ ਆਵਾਜ਼ਾਂ ਬੜੀਆਂ ਖੂਬਸੂਰਤ ਆ ਰਹੀਆਂ ਸਾਨੂੰ ਉੱਤੇ ਬੈਂਡ ਵਜਾ ਰਹੇ ਜੀ ਉਹ ਜੀ ਭਾਜੀ ਉੱਤੇ ਨਨਕਾਣਾ ਸਭ ਤੋਂ ਮਸ਼ਹੂਰ ਬੈਂਡ ਮਾਸਟਰ ਮੰਗੂ ਪਹਿਲਵਾਨ ਉਹਦੀ ਸ਼ੋਅ ਦੇ ਉੱਪਰ ਉਹ ਸਾਹਮਣੇ ਨਾਮ ਹੀ ਲਿਖਿਆ ਮੰਗੂ ਪਹਿਲਵਾਨ ਸੋ ਆਓ ਚੱਲਦੇ ਹਾਂ ਜੀ ਮੰਗੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੈਂਡ ਬਹੁਤ ਵਧੀਆ ਵਜਾ ਰਹੇ ਨੇ ਉੱਪਰ ਸੋ ਗੱਲਬਾਤ ਮੰਗੂ ਜੀ ਹੋਰਾਂ ਦੇ ਨਾਲ ਤੁਹਾਡੀ ਕਰਵਾਉਂਦੇ ਹਾਂ ਕੌਣ ਨੇ ਮੰਗੂ ਪਹਿਲਵਾਨ ਜੀ ਕਿੱਡੇ ਕੁ ਭਲਵਾਨ ਨੇ ਉਹ ਵੀ ਆਪਾਂ ਨੇ ਦੇਖਣਾ ਸੋ ਆਜੋ ਚੱਲਦੇ ਹਾਂ ਜੀ ਸ਼ੌਕ ਸੀ ਜੀ ਭਲਵਾਨੀ ਦਾ ਵੀ ਹਾਂਜੀ ਲੋਕਾਂ ਦਾ ਬੈਂਡ ਵਜਾਉਂਦੇ ਵਜਾਉਂਦੇ ਆਹ ਬੈਂਡ ਹੀ ਵਜਾਉਣ ਲੱਗ ਗਿਆ ਕਮਜ਼ੋਰ ਬਹੁਤ ਹੋ ਗਏ ਹਵਾ ਭਰ ਭਰ ਕੇ ਹੋ ਗਏ ਹਾਂਜੀ ਹਵਾ ਭਰ ਭਰ ਕੇ ਹੋ ਗਈ ਇਹ ਕੰਮ ਕਰ ਜੀ ਤਗੜੇ ਹੋਏ ਪਏ ਆ ਹਾਂਜੀ ਹਾਂਜੀ ਛੋਟੇ ਵੀਰ ਨੇ ਜੀ ਇਹ ਤੁਹਾਡੀ ਇੰਨੀ ਰਿਹਰਸਲ ਕਰਵਾਉਂਦੇ ਮੈਂ ਕਿਹਾ ਹਵਾ ਕੱਢੀ ਪਈ ਨਾ ਮੈਂ ਹੁੰਦਾ ਵੀ ਵਿਆਹਾਂ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਿਆ ਵੀ ਲੜਾਈ ਪੜ੍ਹਾਈ ਵੀ ਹੋ ਜਾਂਦੀ ਹੈ ਕਈ ਵਾਰ ਕੈਮਰਾਮੈਨ ਦੇ ਨਾਲ ਹੋ ਗਈ ਜਾਂ ਬੈਂਡ ਵਾਲਿਆਂ ਨਾਲ ਹੋ ਗਈ ਤੁਹਾਡੇ ਨਾਲ ਤਾਂ ਨਹੀਂ ਕਦੇ ਮਸਲਾ ਬਣਿਆ ਅਸੀਂ ਕਿਸੇ ਨਾਲ ਨਹੀਂ ਲੜਦੇ ਉਹ ਤਾਂ ਨਹੀਂ ਲੜਦੇ ਤੁਹਾਡੇ ਨਾਲ ਤੁਸੀਂ ਤਾਂ ਨਹੀਂ ਲੜਦੇ ਅਸੀਂ ਸਾਈਡ 'ਤੇ ਹੋ ਜਾਂਦੇ ਪਰ ਇਹ ਵੀ ਗੱਲ ਹੈ ਭਲਵਾਨ ਜੀ ਆ ਪਰ ਇਸ ਸਮਝਦਾਰੀ ਇਹਦੇ 'ਚ ਆ ਵੀ ਭਲਵਾਨੀ ਅਖਾੜੇ 'ਚ ਕਰੋ ਹੈ ਨਾ ਕਿਸੇ ਦੇ ਵਿਆਹਾਂ 'ਚ ਅਤੇ ਜਿਹੜੀ ਹੁਣੇ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਧੁਨ ਵੱਜੀ ਸੀ ਬਹੁਤ ਵਧੀਆ ਉਹ ਤੁਸੀਂ ਵਜਾਈ ਹੋਈ ਹੈ ਕਿ ਆ ਗਈ ਆ ਗਈ ਹਾਂਜੀ ਵਜਾ ਦਿਓ ਸਰ ਵਾਹ ਜੀ ਵਾਹ ਤੁਸੀਂ ਨਾ ਸਾਡੇ ਤੇ ਮਾਰਿਆ ਡਾਕਾ ਸਹੀ ਮੈਨੇ ਅੱਜ ਸਾਡੀ ਨਾ ਕੋਈ ਤਿਆਰੀ ਨਾ ਲੈਣਾ ਨਾ ਦੇਣਾ ਨਨਕਾਣਾ ਸਾਹਿਬ ਦੇ ਮਸ਼ਹੂਰ ਸੀਗੇ ਮੰਗੂ ਭਾਅ ਜੀ ਹੁਣ ਦੁਨੀਆ ਦੇ ਮਸ਼ਹੂਰ ਹੋ ਜਾਣੇ ਜਦੋਂ ਆਪਾਂ ਨੇ ਮੁਲਾਕਾਤ ਚਲੇ ਜਾਣੀ ਕਿਉਂਕਿ ਇਹ ਤੁਹਾਡੇ ਭਰਾਵਾਂ ਦੀ ਮਿਹਰਬਾਨੀ ਕੁਛ ਮਾਲਕਾਂ ਦੀ ਮਿਹਰਬਾਨੀ ਥੋੜ੍ਹਾ ਜਿਹਾ ਮਿਸ ਮਾਰ ਦਿਓ ਥੋੜ੍ਹੀ ਜਿਹੀ ਇਹਦਾ ਪੈਂਚ ਦਾ ਹੁੰਦਾ ਜੀ ਮਸਲਾ ਬੁੱਲਾਂ ਦਾ ਇਹ ਜਿੰਨੀ ਦੇਰ ਇਹਦਾ ਹੁੰਦਾ ਨਾ ਮੋਰਫੀਸ ਪੂਰਾ ਆਪਣੀ ਜਗ੍ਹਾ ਨਾ ਬਣਾਵੇ ਉੱਨੀ ਦੇਰ ਇਹਦੇ ਵਿੱਚ ਨਹੀਂ ਕੰਮ ਬਣਦਾ ਉਹਨਾਂ ਦੀ ਟੂਟੀ ਲੀਕ ਕਰਦੀ ਭਾਅ ਜੀ ਤੁਹਾਡੀ ਅਸੀਂ ਕੁਛ ਲੈ ਕੇ ਤਾਂ ਨਹੀਂ ਆਏ ਵੀ ਇੱਥੇ ਹੈ ਨਾ ਜੀ ਅਸੀਂ ਚਾਹੁੰਦੇ ਸੀ ਵੀ ਪਰ ਸਾਨੂੰ ਬਾਰਡਰ ਦੇ ਉੱਤੋਂ ਨਹੀਂ ਦਿੱਤਾ ਜਾਂਦਾ ਪਰ ਮੈਂ ਤੁਹਾਨੂੰ ਇੰਡੀਅਨ ਕਰੰਸੀ ਹੈ ਜੀ 500 ਰੁਪਏ ਦਾ ਨੋਟ ਹੈ ਜੀ ਇੰਡੀਆ ਦਾ ਹੈ ਨਾ ਜੀ ਇਹ ਸਾਡੇ ਵੱਲੋਂ ਪਿਆਰ ਬਹੁਤ ਸ਼ੁਕਰੀਆ ਭਾਅ ਜੀ ਠੀਕ ਹੈ ਜੀ Thank you.
ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਅਤੇ ਮੈਂ ਜਗਦੀਪ ਸਿੰਘ ਥਲੀ ਹਾਂ ਦੋਸਤੋ ਅਸੀਂ ਪਾਕਿਸਤਾਨ ਦੇ ਵਿੱਚ ਆਏ ਹੋਏ ਹਾਂ ਸ੍ਰੀ ਨਨਕਾਣਾ ਸਾਹਿਬ ਜੀ ਦੀ ਧਰਤੀ ਹੈ ਲੋਕਾਂ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੁਨਰ ਬਹੁਤ ਜ਼ਿਆਦਾ ਹੈ ਹੁਨਰ ਦੇ ਨਾਲ ਭਰੇ ਪਏ ਨੇ ਕੋਈ ਗਾਉਂਦਾ ਵਧੀਆ ਹੈ ਕਿਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਹੁਨਰ ਹੈ ਪਰ ਅਸੀਂ ਇੱਥੇ ਬਾਜ਼ਾਰ ਦੇ ਵਿੱਚ ਆਏ ਹਾਂ ਇਹ ਭਾਅ ਜੀ ਕਿਹੜਾ ਬਾਜ਼ਾਰ ਹੈ ਜੀ ਇਹ ਬੇਰੀ ਚੌਂਕ ਭਾਅ ਜੀ ਬੇਰੀ ਚੌਂਕ ਇਹ ਬੇਰੀ ਚੌਂਕ ਕਿਉਂ ਕਹਿੰਦੇ ਇਹਨੂੰ ਜੀ ਸਰ ਸਟਾਰਟ ਤੋਂ ਨਾਮ ਬੇਰੀ ਚੌਂਕ ਹੋਇਆ ਇਹ ਬੇਰੀ ਲੱਗੀ ਹੋਈ ਸੀ ਜੀ ਹਾਂਜੀ ਬਿਲਕੁਲ ਐਸੀ ਉਹਨਾਂ ਨੇ ਹੱਕੂ ਆ ਜਿਹੜੇ ਆ ਮਹਿਕਮਾ ਟੀਐਮਏ ਜਿਹੜੇ ਉਹਨਾਂ ਨੇ ਕੱਟ ਦਿੱਤੀ ਹੋਈ ਆ ਅਤੇ ਭਾਅ ਜੀ ਉੱਤੋਂ ਆਵਾਜ਼ਾਂ ਬੜੀਆਂ ਖੂਬਸੂਰਤ ਆ ਰਹੀਆਂ ਸਾਨੂੰ ਉੱਤੇ ਬੈਂਡ ਵਜਾ ਰਹੇ ਜੀ ਉਹ ਜੀ ਭਾਅ ਜੀ ਉੱਤੇ ਨਨਕਾਣਾ ਸਭ ਤੋਂ ਮਸ਼ਹੂਰ ਬੈਂਡ ਮਾਸਟਰ ਮੰਗੂ ਪਹਿਲਵਾਨ ਉਹਦੀ ਸ਼ੋਅ ਦੇ ਉੱਪਰ ਉਹ ਸਾਹਮਣੇ ਨਾਮ ਹੀ ਲਿਖਿਆ ਮੰਗੂ ਪਹਿਲਵਾਨ ਨਨਕਾਣਾ ਸਾਹਿਬ ਦਾ ਸਭ ਤੋਂ ਮਸ਼ਹੂਰ ਬੈਂਡ ਮਾਸਟਰ ਇਹੀ ਆ ਜੀ ਮੰਗੂ ਪਹਿਲਵਾਨ ਮੰਗੂ ਪਹਿਲਵਾਨ ਲਓ ਜੀ ਦੋਸਤੋ ਮੰਗੂ ਪਹਿਲਵਾਨ ਜੀ ਦਾ ਨਾਮ ਲੈਤੇ ਇਹਨਾਂ ਨੇ ਅਤੇ ਨਾਲ ਦੱਸਦੇ ਆ ਵੀ ਸਭ ਤੋਂ ਮਸ਼ਹੂਰ ਨੇ ਸੋ ਆਓ ਚੱਲਦੇ ਹਾਂ ਜੀ ਮੰਗੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੈਂਡ ਬਹੁਤ ਵਧੀਆ ਵਜਾ ਰਹੇ ਨੇ ਉੱਪਰ ਸੋ ਗੱਲਬਾਤ ਮੰਗੂ ਜੀ ਹੋਰਾਂ ਦੇ ਨਾਲ ਤੁਹਾਡੀ ਕਰਵਾਉਂਦੇ ਹਾਂ ਕੌਣ ਨੇ ਮੰਗੂ ਪਹਿਲਵਾਨ ਜੀ ਕਿੱਡੇ ਕੁ ਭਲਵਾਨ ਨੇ ਉਹ ਵੀ ਆਪਾਂ ਨੇ ਦੇਖਣਾ ਸੋ ਆ ਜਾਓ ਚੱਲਦੇ ਹਾਂ ਜੀ ਵਾਹ ਜੀ ਵਾਹ ਸੋ ਮੰਗੂ ਪਹਿਲਵਾਨ ਜੀ ਬੈਂਡ ਮਾਸਟਰ ਵਾਹ ਮੈਨੂੰ ਲੱਗਦਾ ਮੇਰੇ ਵਾਹ ਜੀ ਵਾਹ ਸਤਿ ਸ਼੍ਰੀ ਅਕਾਲ ਜੀ ਇਹ ਸਰ ਇਹ ਜਿਹੜੇ ਇਹ ਬੈਂਡ ਤੁਸੀਂ ਹੁਣ ਵਜਾਇਆ ਸੀ ਸਾਡੇ ਆਉਣ ਦੀ ਖੁਸ਼ੀ 'ਚ ਵਜਾਇਆ ਜੀ 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 ਸਾਡਾ ਸਵਾਗਤ ਕੀਤਾ ਗਿਆ ਸੋ ਦੋਸਤੋ ਭਾਰਤ ਤੋਂ ਅਸੀਂ ਪਾਕਿਸਤਾਨ 'ਚ ਆਏ ਮੰਗੂ ਭਲਵਾਨ ਜੀ ਜਿਹੜੇ ਬੈਂਡ ਮਾਸਟਰ ਨੇ ਸ੍ਰੀ ਨਨਕਾਣਾ ਸਾਹਿਬ ਦੇ ਸਭ ਤੋਂ ਮੰਨੇ ਪਰਮੰਨੇ ਬੈਂਡ ਮਾਸਟਰ ਉਹਨਾਂ ਨੇ ਸਾਡਾ ਸਵਾਗਤ ਕੀਤਾ ਸੋ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਬਹਿ ਜੀ ਸਰ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਇਹ ਦੱਸੋ ਮੈਨੂੰ ਆਪਾਂ ਬਾਅਦ 'ਚ ਗੱਲਾਂ ਵੀ ਆਪਾਂ ਸੁਣਨੇ ਵੀ ਹੈ ਵੀ ਭਲਵਾਨ ਸਾਹਿਬ ਭਲਵਾਨੀ ਕਰਦੇ ਹੋਏ ਬੈਂਡ ਮਾਸਟਰੀ ਵੱਲ ਨੂੰ ਕਿੱਦਾਂ ਚਲ ਗਏ ਨਹੀਂ ਮੈਂ ਛੋਟਾ ਹੁੰਦਾ ਤੋਂ ਇਸ ਤਰ੍ਹਾਂ ਦਾ ਹੀ ਹਾਂ ਅੱਛਾ ਜੀ ਅਤੇ ਉਹ ਬਸ ਇੱਕ ਮਸ਼ਹੂਰੀ ਹੋ ਗਈ ਥੋੜ੍ਹਾ ਚਿਰ ਕੀਤੀ ਭਲਵਾਨੀ ਅੱਛਾ ਛੋਟੇ ਹੁੰਦੇ ਇਹ ਭਲਵਾਨੀ ਜਦੋਂ ਕੀਤੀ ਆ ਉਦੋਂ ਹਾਰੇ ਕਿ ਜਿੱਤੇ ਨਹੀਂ ਉੱਥੇ ਤੀਕਰ ਨੌਬਤ ਨਹੀਂ ਪਹੁੰਚੀ ਬਸ ਵੈਸੇ ਜ਼ਰਾ ਜ਼ੋਰ ਸ਼ੋਰ ਕਰਦੇ ਸੀ ਮਤਲਬ ਕਿ ਹਾਰ ਜਿੱਤ ਤੱਕ ਨੌਬਤ ਨਹੀਂ ਪਹੁੰਚੀ ਤੁਸੀਂ ਇਕੱਲੇ ਹੀ ਭਲਵਾਨ ਕਰੀ ਜਾਂਦੇ ਸੀਗੇ ਨਹੀਂ ਆਪਣਾ ਯਾਨੀ ਕਿ ਵੈਸੇ ਹੀ ਇੱਕ ਸ਼ੌਕ ਦੇ ਤੌਰ 'ਤੇ ਹੀ ਠੀਕ ਹੈ ਠੀਕ ਹੈ ਅਖਾੜਿਆਂ ਦੀ ਰੌਣਕ ਨਹੀਂ ਬਣੇ ਮਤਲਬ ਕਿ ਨਹੀਂ ਉਹ ਇਸ ਕੰਮ 'ਚ ਬਣੇ ਵਿਆਹਾਂ ਦੀ ਸ਼ਾਨ ਬਣ ਗਏ ਹਾਂਜੀ ਅਤੇ ਫਿਰ ਜਿੰਨਾ ਕੁ ਤੁਹਾਡਾ ਮੈਂ ਇੱਥੇ ਸੁਣਿਆ ਫਿਰ ਤੁਹਾਡੀ ਫੀਸ ਵੀ ਕਾਫੀ ਜ਼ਿਆਦਾ ਹੋਣੀ ਹੈ ਜੀ ਜੀ ਅਤੇ ਮੰਗੂ ਜੀ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਬਹੁਤ ਹੋਣੀਆਂ ਕਿਉਂਕਿ ਅਸੀਂ ਸਾਰੇ ਹੀ ਭਾਈ ਹਾਂ ਬਹੁਤ ਪਿਆਰ ਤੁਸੀਂ ਦੇ ਰਹੇ ਹੋ ਸਾਰੇ ਇੱਥੇ ਅਸੀਂ ਪਾਕਿਸਤਾਨ ਦੀ ਫੇਰੀ 'ਤੇ ਆਏ ਹਾਂ ਜੀ ਇੰਡੀਆ ਤੋਂ ਅਤੇ ਪੰਜਾਬੀ ਲੋਕ ਚੈਨਲ 'ਤੇ ਅਸੀਂ ਤੁਹਾਡਾ ਸਾਰਿਆਂ ਦਾ ਹੀ ਨਿੱਘਾ ਸਵਾਗਤ ਕਰਦੇ ਹਾਂ ਅਤੇ ਪਹਿਲਾਂ ਇੱਕ ਖੂਬਸੂਰਤ ਧੁੰਨ ਦੇ ਨਾਲ ਜਿਹੜੀ ਇਸ ਪ੍ਰੋਗਰਾਮ ਦੀ ਹੋਰ ਵਧੀਆ ਸ਼ੁਰੂਆਤ ਕਰ ਦਿਓ ਜੀ ਵਾਹ ਜੀ ਵਾਹ 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 ਬਹੁਤ ਵਧੀਆ ਇਹ ਮੋਬਾਈਲ ਦੇ ਵਿੱਚ ਵੀ ਇੱਕ ਧੁੰਨ ਵੱਜੀ ਇਹ ਵੀ ਆਪਾਂ ਨੇ ਸੁਣੀ ਬਹੁਤ ਵਧੀਆ ਵੱਜੀ ਸੀਗੀ ਅਤੇ ਪਰ ਇੱਕ ਸਤਨਾਮ ਸਿੰਘ ਜੀ ਇੱਕ ਅਖਾਣ ਹੈ ਬਹੁਤ ਸੁਣਿਆ ਵੀ ਛੱਜੂ ਦੇ ਚੁਬਾਰੇ ਵਾਲਾ ਕੀ ਆ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਹਾਂ ਪਰ ਮੈਂ ਕਹਿੰਦਾ ਜੋ ਸੁੱਖ ਮੰਗੂ ਦੇ ਚੁਬਾਰੇ ਹੋ ਗਿਆ ਹੁਣ ਮੰਗੂ ਦੇ ਚੁਬਾਰੇ ਵੀ ਵਧੀਆ ਮਤਲਬ ਕਿ ਤੁਸੀਂ ਰੌਣਕ ਲਗਾਉਂਦੇ ਹੋ ਅਸੀਂ ਦੇਖਿਆ ਜਦੋਂ ਅਸੀਂ ਐਂਟਰ ਕਰਨਾ ਸੀਗਾ ਤੁਸੀਂ ਇਹ ਰਿਆਜ਼ ਕਰੀ ਜਾਂਦੇ ਸੀ ਜੀ ਜੀ ਇਹ ਨਿਕਾਹ ਆ ਗਿਆ ਕਿਸੇ ਦਾ ਹੁਣ ਨਹੀਂ ਜੀ ਉਹ ਆਪਣੀ ਰਿਹਰਸਲ ਕਰ ਰਹੇ ਹਾਂ ਰੋਜ਼ਾਨਾ ਹੀ ਕਰੀ ਦੀ ਅੱਛਾ ਜੀ ਹਾਂ ਪ੍ਰੋਗਰਾਮ ਰੋਜ਼ ਕਿੰਨੇ ਤੋਂ ਕਿੰਨੇ ਰਿਹਰਸਲ ਕਰਦੇ ਹੋ ਘੰਟਾ ਡੇਢ ਘੰਟਾ ਇਹ ਬੱਚੇ ਸਾਰੇ ਫਿਰ ਇੱਥੇ ਮੇਰੇ ਕੋਲ ਆ ਜਾਂਦੇ ਨੇ ਇਹਨਾਂ ਨੂੰ ਸਿਖਾਉਂਦੇ ਵੀ ਹੋ ਜੀ ਜੀ ਇਹ ਭਾਅ ਜੀ ਤੁਹਾਡਾ ਨਾਮ ਕੀ ਹੈ ਜੀ ਬਿਲਾਵਲ 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 ਜੀ ਕੀ ਸਿੱਖਦੇ ਹੋ ਤੁਸੀਂ ਮੈਂ ਵਾਜਾ ਵਾਜਾ ਇਹਨੂੰ ਵਾਜਾ ਕਹਿੰਦੇ ਆ ਨਹੀਂ ਤ੍ਰੰਪਟ ਤ੍ਰੰਪਟ ਇਹ ਵਜਾ ਕੇ ਦਿਖਾਇਓ ਥੋੜ੍ਹਾ ਬਹੁਤਾ ਸਿੱਖਿਆ ਜੀ ਵਜਾ ਮੇਰਾ ਵੀ ਵਾਹ ਜੀ ਵਾਹ
ਪਰ ਥੋੜੀ ਜੀ ਹਵਾ ਅਜੇ ਮਤਲਬ ਕਿ ਭਰ ਰਿਹਾ ਹੈ ਨਾ। ਹਾਂਜੀ ਭਾਜੀ ਆਪਾਂ ਕਮਜ਼ੋਰ ਬਹੁਤ ਹੋ ਗਏ, ਹਵਾ ਭਰ ਭਰ ਕੇ ਹੋ ਗਏ। ਹਾਂਜੀ ਹਵਾ ਭਰ ਭਰ ਕੇ ਹੋ ਗਈ ਆ, ਇਹ ਕੰਮ ਕਰ ਜੀ ਤਕੜੇ ਹੋਏ ਪਏ ਆ। ਹਾਂਜੀ ਹਾਂਜੀ ਛੋਟੇ ਵੀਰ ਨੇ ਜੀ, ਇਹ ਤੁਹਾਡੀ ਇੰਨੀ ਰਿਹਰਸਲ ਕਰਵਾਉਂਦੇ, ਮੈਂ ਕਿਹਾ ਹਵਾ ਕੱਢੀ ਪਈ ਇਹਨਾਂ ਨੇ। ਹਾਂਜੀ ਨਹੀਂ ਮੈਂ ਮਜ਼ਾਕ ਹੈ ਬਾਈ ਜੀ, ਮਜ਼ਾਕ ਕਰ ਰਿਹਾ ਮੈਂ, ਹੈ ਨਾ ਜੀ ਕੋਈ। ਚਲੋ ਬਹੁਤ ਸ਼ੁਕਰੀਆ। ਨਾਮ ਕੀ ਹੈ ਸਰ ਤੁਹਾਡਾ? ਮਦਰ ਮਦਾਨ ਜੀ। ਕਿੰਨਾ ਸਮਾਂ ਹੋ ਗਿਆ ਜੀ ਇਹ ਵਜਾਉਂਦਿਆਂ? 30 ਸਾਲ 35 ਸਾਲ ਹੋ ਗਏ ਜੀ। ਇਹ ਰੋਜ਼ੀ ਰੋਟੀ ਠੀਕ ਚੱਲ ਰਹੀ ਹੈ ਜੀ? ਸ਼ੁਕਰ ਹੈ ਜੀ ਅੱਲਾ ਪਾਕ ਦਾ ਸ਼ੁਕਰ ਹੈ। ਬੱਚੇ ਠੀਕ ਹੈ, ਸੈੱਟ ਹੋ ਗਏ ਆ? ਕਿੰਨੇ ਵੱਡੇ ਨੇ ਬੱਚੇ ਜੀ? ਸਾਰੇ ਜਵਾਨ ਨੇ, ਵਿਆਹ ਹੋਏ ਨੇ। ਅੱਛਾ ਹਾਂਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੇ ਜੀ ਬਾਬੇ ਦੇ ਸ਼ਹਿਰ ਦੇ ਜੀ। ਵਾਹ। ਸੋ ਸਾਨੂੰ ਕੋਈ ਬਾਬਾ ਜੀ ਦੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ ਜੀ, ਸਾਨੂੰ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਮੈਂ ਅੱਗੇ ਦੇ ਵਿੱਚ ਵਜਾ ਕੇ ਸੁਣਾਇਆ, ਗੁਰੂ ਨਾਨਕ ਸਰਕਾਰ ਦੇ ਵਜਾ ਕੇ ਸੁਣਾਇਆ ਤੁਹਾਨੂੰ। ਕੀ ਸੀ ਜੀ ਉਹ? ਅੱਜ ਦਿਨ ਭਾਗੀ ਆਏ, ਸਾਨੂੰ ਅੱਜ ਦਿਨ ਭਾਗੀ ਆਏ। ਵਾਹ ਵਾਹ। ਇਹ ਸਰਕਾਰ ਦਾ ਸ਼ੁਰੂ ਤੋਂ ਲਾ ਕੇ ਇਹੀ ਅਸੀਂ ਇਹਦੇ ਵਿੱਚ ਦਰਬਾਰ ਤੇ ਵੀ ਵਜਾਉਂਦੇ ਆਏ ਹਾਂ ਜੀ ਜੀ। ਇਹ ਬਾਬੇ ਮਲੰਗ ਦਾ ਬੈਂਡ ਮਸ਼ਹੂਰ ਸੀ ਸਾਡਾ, ਸ਼ੁਰੂ ਤੋਂ ਲਾ ਕੇ ਇੰਡੀਆ ਪਾਕਿਸਤਾਨ ਤੋਂ। ਅੱਛਾ ਜੀ। ਠੀਕ ਹੈ। ਉਹ ਅਸੀਂ ਉਹਨਾਂ ਦੇ ਯਾਨੀ ਕਿ ਗੱਲਬਾਤ ਲੈ ਕੇ ਟੁਰੇ ਹਾਂ ਜੀ। ਉਹਨਾਂ ਦੇ ਉੱਥੇ ਗੁਰਦੁਆਰਾ ਆਪਣਾ ਜਨਮ ਸਥਾਨ ਦੇ ਸਾਡਾ ਬੈਂਡ ਸ਼ੁਰੂ ਤੋਂ ਜਾਂਦਾ ਸੀ ਬਜ਼ੁਰਗਾਂ ਦਾ ਜੀ ਜੀ ਜੀ। ਅੱਗੋਂ ਫਿਰ ਆਣ ਗਿਆ, ਸੋ ਥੋੜ੍ਹਾ ਜਿਹਾ ਮਸਲਾ ਇਹ ਬਣ ਗਿਆ ਵੀ ਲੜਾਈ ਝਗੜੇ ਵਾਲਾ, ਬੰਬ ਧਮਾਕੇ ਵਾਲਾ। ਉਹ ਫਿਰ ਅਸੀਂ 5-7 ਸਾਲ ਤੋਂ ਨਹੀਂ ਜਾ ਰਹੇ, ਸਾਨੂੰ ਨਹੀਂ ਬੁਲਾ ਰਹੇ ਉਹ, ਨਾ ਅਸੀਂ ਜਾ ਰਹੇ। ਨਹੀਂ ਕਿੱਥੇ ਜਾਂਦੇ ਸੀ ਜੀ? ਗੁਰਦੁਆਰੇ ਨਨਕਾਣਾ ਸਾਹਿਬ। ਹਾਂਜੀ ਹਰ ਸਾਲ ਅਸੀਂ ਜਾਂਦੇ ਸੀ। ਪਰ ਜਿਵੇਂ ਤੁਸੀਂ ਦੱਸ ਰਹੇ ਹੋ ਬੰਬ ਝਗੜੇ ਵਾਲਾ, ਪਰ ਅਸੀਂ ਤਾਂ ਬਹੁਤ ਪਿਆਰ ਦੇਖਿਆ ਜੀ ਅੱਜ। ਨਹੀਂ ਉਹ ਵੈਸੇ ਯਾਨੀ ਕਿ ਜਿਵੇਂ ਗੌਰਮੈਂਟ ਤੁਹਾਨੂੰ ਪਤਾ, ਫਿਰ ਉਦੋਂ ਤੋਂ ਲੈ ਕੇ ਫਿਰ ਅਸੀਂ ਨਾ ਗੌਰਮੈਂਟ ਨੇ ਯਾਨੀ ਕਿ ਜਿਹੜਾ ਪਬਲਿਕ ਜਮ੍ਹਾਂ ਹੁੰਦੀ ਉਹ 'ਤੇ ਵੀ ਪਾਬੰਦੀਆਂ ਤੁਹਾਨੂੰ ਪਤਾ ਫਿਰ ਲੱਗੀਆਂ, ਅਤੇ ਉਸ ਵਜ੍ਹਾ ਤੋਂ ਫਿਰ ਨਾ ਅਸੀਂ ਬੈਂਡ ਨਹੀਂ, ਉਹਨਾਂ ਨੇ ਸਾਨੂੰ ਬੁਲਾਇਆ ਨਹੀਂ, ਅਸੀਂ ਗਏ ਨਹੀਂ। ਅਤੇ ਮੰਗੂ ਭਾਅ ਜੀ ਇਹ ਜਿਹੜਾ ਕੰਮ ਹੈ ਤੁਹਾਡਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ? ਚੌਥੀ ਪੀੜ੍ਹੀ ਮੈਂ ਵਜਾ ਰਿਹਾ, ਇਹ ਜਿਹੜੀ ਮੇਰੇ ਕੋਲ ਕਲਾਰਿੰਟ ਇਹ ਮੈਂ ਚੌਥੀ ਪੀੜ੍ਹੀ ਯਾਨੀ ਕਿ ਮੈਂ ਵਜਾ ਰਿਹਾ, 200 ਸਾਲ ਪੁਰਾਣੀ। ਇੱਕ ਸ਼ਹਿਨਾਈ ਕਹਿੰਦੇ ਹੁੰਦੇ ਆ ਜੀ? ਹਾਂਜੀ ਇਹ ਕਲਾਰਿੰਟ, ਇਹ ਸ਼ਹਿਨਾਈ ਨਹੀਂ ਜੀ। ਇਹ ਸ਼ਹਿਨਾਈ ਵੀ ਵਜਾਉਂਦੇ ਹੋ ਤੁਸੀਂ? ਨਹੀਂ ਸ਼ਹਿਨਾਈ ਨਹੀਂ ਮੈਂ ਜੀ। ਅਤੇ ਜਿਹੜੀ ਹੁਣੇ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਧੁਨ ਵੱਜੀ ਸੀ ਬਹੁਤ ਵਧੀਆ, ਉਹ ਤੁਸੀਂ ਵਜਾਈ ਹੋਈ ਆ ਕਿ ਉਹ ਆ ਗਈ? ਆ ਗਈ। ਹਾਂਜੀ ਵਜਾ ਦਿਓ ਸਰ। ਉਹਨਾਂ ਨੂੰ ਕਹੋ ਡਿਸਟਰਬ ਨਾ ਕਰੇ, ਬਹੁਤ ਵੱਡਾ ਇੰਟਰਵਿਊ ਹੋ ਰਿਹਾ ਮੰਗੂ ਜੀ ਦਾ। ਵਾਹ ਵਾਹ। ਸੋ ਬਹੁਤ ਕਮਾਲ ਦਾ ਮੰਗੂ ਜੀ ਹਰੀ ਸਾਜ਼ ਜਿਹੜਾ ਵਜਾਉਂਦੇ ਨੇ, ਕਾਫੀ ਸਮੇਂ ਤੋਂ ਜਿਹੜਾ ਹੈਗਾ ਬਾਜ਼ਾਰ ਨੇ, ਚੌਥੀ ਪੀੜ੍ਹੀ ਦੱਸ ਰਹੇ ਨੇ। ਅਤੇ ਪ੍ਰਬੰਧ ਜਿਵੇਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਬਹੁਤ ਰੱਖੀਆਂ ਵੀ ਹੋਈਆਂ, ਇਹ ਵੇਚਦੇ ਵੀ ਹੋ ਜੀ ਜਾਂ ਆਪਣੀਆਂ ਜੀ? ਨਹੀਂ ਵੇਚਦੇ ਇੰਨੀਆਂ ਨਹੀਂ, ਜੇ ਕੋਈ ਹੋਵੇ ਤਾਂ ਫਿਰ ਵੇਚ ਵੀ ਦੇਈ ਦੀ, ਲੇਕਿਨ ਵੈਸੇ ਆਪਣੀ ਦੁਕਾਨ ਵਾਸਤੇ, ਆਪਣੇ ਪ੍ਰੋਗਰਾਮ ਵਾਸਤੇ। ਸਿਰਫ ਵਿਆਹਾਂ ਦੇ ਵਿੱਚ ਹੀ ਜਾਂਦੇ ਹੋ ਜਾਂ ਫਿਰ ਕੋਈ ਜਲਸੇ ਜਲੂਸ ਵਗੈਰਾ ਵੀ ਹੁੰਦੇ? ਹਾਂਜੀ ਜਿੱਥੇ ਕੋਈ ਬੁਲਾਵੇ ਜੀ ਆਪਣੇ ਪ੍ਰੋਗਰਾਮ ਵਾਸਤੇ ਫਿਰ ਜਾਣਾ ਪੈਂਦਾ। ਇਸ ਤੋਂ ਇਲਾਵਾ ਵੀ ਕੋਈ ਸਾਈਡ ਬਿਜ਼ਨਸ ਹੈਗਾ ਜੀ? ਜੀ ਨਹੀਂ। ਅੱਛਾ ਇਹੋ ਹੀ। ਅਤੇ ਹੁਣ ਵੀ ਤੁਹਾਡਾ ਵਿਆਹਾਂ ਵੇਲੇ ਇਹੀ ਤੁਹਾਡੇ ਸਾਜ਼ ਵਗੈਰਾ ਚੱਲਦੇ ਆ? ਕਿਉਂਕਿ ਸਾਡੇ ਜੇ ਆਪਾਂ ਸਾਡੇ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ, ਤਾਂ ਉੱਥੇ ਤਾਂ ਹੁਣ ਫੌਜੀ ਬੈਂਡ ਆ ਗਏ ਆ ਜੀ। ਉਹ ਵੀ ਹੈ ਆਪਣੇ ਕੋਲ ਜੀ। ਅੱਛਾ ਫੌਜੀ ਬੈਂਡ ਲੈ ਕੇ ਜਾਈਦਾ, ਲੇਕਿਨ ਜ਼ਿਆਦਾ ਤੌਰ ਨਾ ਨਨਕਾਣੇ ਦੇ ਵਿੱਚ। ਹਾਂਜੀ ਮੈਂ ਹੀ ਬਰਾਸ ਬੈਂਡ ਦਾ ਯਾਨੀ ਕਿ ਕੰਮ ਕਰਨਾ, ਕੁਝ ਜਿਹੜੇ ਕੋਲ 10-12 ਬੰਦੇ ਮੇਰੇ ਕੋਲ ਨੇ ਹੈ ਨੇ, ਅਤੇ ਬਾਕੀ ਫੌਜੀ ਬੈਂਡ ਹੀ। ਖੁਸ਼ ਹੋ ਕੇ ਪੈਸੇ ਦੇ ਦਿੰਦੇ ਆ ਜਿੰਨੇ ਤੁਸੀਂ ਮੰਗਦੇ ਹੋ ਲੋਕ? ਨਹੀਂ। ਅੱਛਾ ਰੋਟੀ ਖਾਣੀ ਔਖੀ ਹੈ ਮਤਲਬ? ਹਾਂਜੀ ਇਹ ਗੱਲ ਯਾਨੀ ਕਿ ਜੋ ਡਿਮਾਂਡ ਹੈ ਸਾਡੀ ਉਹ ਨਹੀਂ ਪੂਰੀ ਹੁੰਦੀ ਜੀ। ਇਹਦਾ ਕਾਰਨ ਕੀ ਹੈ ਮੰਗੂ ਬਾਈ? ਕਿਉਂਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਮੈਂ ਸਿਰਫ
भारत की नहीं करता, हर पास की गल करदा। ਵਿਆਹਾਂ ਦੇ ਵਿੱਚ ਅਸੀਂ ਦਿਖਾਵੇ ਦੇ ਲਈ ਤਾਂ ਬਹੁਤ ਖਰਚਾ ਕਰ ਦਿੰਦੇ ਹਾਂ, ਲੇਕਿਨ ਜਦੋਂ ਕਿਸੇ ਦੀ ਰੋਜ਼ੀ ਰੋਟੀ ਸਾਡੇ ਵਾਰੀ ਜਦੋਂ ਆਉਂਦੀ ਉਦੋਂ ਆਣ ਕੇ ਥੋੜ੍ਹਾ ਜਿਹਾ ਹੱਥ ਘੁੱਟ ਜਾਂਦੇ, ਸਾਡੇ ਵਾਰੀ ਰੰਗ ਮੁੱਕ ਜਾਂਦਾ ਜੀ। ਹੁਣ ਦੇਖੋ ਨਾ ਵੀ ਐ ਨਨਕਾਣਾ ਸਾਹਿਬ ਇੱਥੇ ਜਿਹਦੇ ਕੋਲੋਂ ਅਸੀਂ ਕਹੀਏ ਨਾ 20,000 ਰੁਪਇਆ ਪੇਮੈਂਟ, ਹਾਂਜੀ ਉਹਨਾਂ ਨੇ ਸਾਨੂੰ ਨਹੀਂ ਦੇਣੀ। ਅਸੀਂ ਸ਼ਹਿਰਦਾਰ ਵੀ ਹਾਂ, ਸਾਰੀ ਗੱਲਬਾਤ ਵੀ ਬੈਂਡ ਵੀ ਪੂਰਾ ਸਾਡਾ, ਇਹ ਨਹੀਂ ਵੀ ਡਰੈਸ ਵੀ ਠੀਕ ਬੈਂਡ ਵੀ ਠੀਕ, ਲੇਕਿਨ ਉਹ ਥੋੜ੍ਹਾ ਜਿਹਾ ਆਣ ਕੇ ਨਾ ਅਤੇ ਉਹ ਸਾਡੇ ਵਾਰੀ ਇਹਨਾਂ ਨੂੰ ਮਸਲਾ ਬਣਦਾ। ਬਾਕੀ ਤਿਲ ਕਰ 10 ਲੱਖ ਵਿਆਹ ਤਾਂ ਲਾ ਦੇਣ ਕੋਈ ਮਸਲਾ ਨਹੀਂ, ਅਤੇ ਇਹ ਜਿਹੜੇ 10-20,000 ਰੁਪਇਆ ਯਾਨੀ ਕਿ ਨਾ ਬੈਂਡ ਵਾਲਿਆਂ 'ਤੇ ਆਣ ਕੇ ਨਾ ਥੋੜ੍ਹਾ ਜਿਹਾ ਇਹਨਾਂ ਨੂੰ ਮਸਲਾ ਬਣਦਾ। ਬਾਕੀ ਰੋਜ਼ੀ ਹੈ ਫਿਰ ਉਹ ਤਾਂ ਹਰ ਬੰਦੇ ਨੇ ਆਪਣੀ ਆਪਣੀ ਕਮਾਉਣੀ ਹੈ, ਬਹੁਤੀ ਨਹੀਂ ਥੋੜ੍ਹੀ ਨਹੀਂ, ਜੋ ਨਸੀਬ ਦਾ ਲਿਖਿਆ ਉਹ ਦੇਣਾ ਅੱਲਾ ਪਾਕ ਨੇ। ਟੋਪੀਆਂ ਬਹੁਤ ਪਈਆਂ ਜੀ ਉੱਤੇ? ਹਾਂਜੀ ਡਬਲ ਪਾਰਟੀ ਦੀਆਂ ਜੀ। ਇੱਕ 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 ਵਾਰ 'ਚ ਕਿੰਨੇ ਟੀਮ ਜਾਂਦੇ ਹੋ ਅਤੇ ਕਿੰਨੇ ਮੈਂਬਰ ਹੁੰਦੇ ਜੀ? ਨਹੀਂ ਹੁਣ ਤਾਂ ਆਣ ਕੇ ਜੀ 7-8 ਯਾਨੀ ਕਿ ਹੁੰਦਾ ਇੱਕ ਪਾਰਟੀ ਦੇ ਵਿੱਚ। ਅੱਛਾ ਜੀ। ਅਤੇ ਬਾਕੀ ਇਹ ਵੀ 10 ਆਦਮੀ ਦੀ 12 ਆਦਮੀ ਦੀ ਟੀਮ ਹੁੰਦੀ, ਫਿਰ ਜਿੰਨੇ ਕੋਈ ਬੰਦੇ ਬੁਲਾਵੇ ਫਿਰ ਉਹਨੇ ਕੇ ਚਲੇ ਜਾਈਦਾ। ਕਈ ਵਾਰ ਇਹ ਹੁੰਦਾ ਵੀ ਵਿਆਹਾਂ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਿਆ ਵੀ ਲੜਾਈ ਪੜ੍ਹਾਈ ਵੀ ਹੋ ਜਾਂਦੀ ਹੈ, ਕਈ ਵਾਰ ਕੈਮਰਾਮੈਨ ਦੇ ਨਾਲ ਹੋ ਗਈ ਜਾਂ ਬੈਂਡ ਵਾਲਿਆਂ ਨਾਲ ਹੋ ਗਈ, ਤੁਹਾਡੇ ਨਾਲ ਤਾਂ ਨਹੀਂ ਕਦੇ ਮਸਲਾ ਬਣਿਆ? ਅਸੀਂ ਕਿਸੇ ਨਾਲ ਨਹੀਂ ਲੜਦੇ। ਨਹੀਂ ਉਹ ਤਾਂ ਨਹੀਂ ਲੜਦੇ ਤੁਹਾਡੇ ਨਾਲ, ਤੁਸੀਂ ਤਾਂ ਨਹੀਂ ਲੜਦੇ, ਅਸੀਂ ਸਾਈਡ 'ਤੇ ਹੋ ਜਾਂਦੇ। ਪਰ ਇਹ ਵੀ ਗੱਲ ਇੱਕ ਹੈ ਭਲਵਾਨ ਜੀ ਆ, ਪਰ ਇਸ ਸਮਝਦਾਰੀ ਇਹਦੇ 'ਚ ਆ ਵੀ ਭਲਵਾਨੀ ਅਖਾੜੇ 'ਚ ਕਰੋ, ਹੈ ਨਾ ਕਿਸੇ ਦੇ ਵਿਆਹਾਂ 'ਚ ਨਾ। ਅਸੀਂ ਅੱਜ ਦੀ ਕਰਨੀ ਕਦੀ ਕਿਸੇ ਪ੍ਰੋਗਰਾਮ 'ਚ ਲੜੇ ਜਾ ਨਾ, ਸਾਡੇ ਨਾਲ ਹੀ ਕੋਈ ਲੜਿਆ। ਠੀਕ ਹੈ ਜੀ। ਬਾਕੀ ਕੋਈ ਆਪਣੀ ਆਪਣੀ ਹਿਸਾਬ ਦੇ ਨਾਲ ਜੋ ਵੀ ਕੋਈ ਕਰਦਾ ਠੀਕ ਹੈ। ਨੁਸਰਤ ਫਤਿਹ ਅਲੀ ਖਾਨ ਜੀ, ਜਨਾਬ ਉਸਤਾਦ ਸਾਹਿਬ, ਉਹਨਾਂ ਨੂੰ ਬਹੁਤ ਲੋਕ ਪਸੰਦ ਕਰਦੇ ਨੇ, ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਦਿੱਤਾ ਜਾਂਦਾ ਹੈ, ਤਾਂ ਮੈਂ ਜ਼ਰੂਰ ਚਾਹਾਂਗਾ ਵੀ ਉਹਨਾਂ ਦੀ ਇੱਕ ਧੁਨ, ਜੇ ਕੋਈ ਪੂਰੀ ਟੀਮ ਹੈਗੀ ਹੈ ਪੂਰੇ ਸਾਰੇ ਜਣੇ ਵਜਾ ਸਕਦੇ ਆ ਤਾਂ ਸਾਰੇ ਜੀ, ਨਹੀਂ ਤਾਂ ਫਿਰ ਤੁਸੀਂ ਟੀਮ ਤਾਂ ਚਲੇ ਗਏ ਪ੍ਰੋਗਰਾਮ 'ਤੇ। ਜੀ ਜੀ ਹਾਂ ਯਾਰ, ਉਹ ਮੈਂ ਰਾਤੀ ਆ ਬਣਵਾ ਕੇ ਲਿਆ ਅਤੇ ਉਹ ਦਮ ਦੇ ਰਿਹਾ ਸਾਰਾ ਮਸਲਾ, ਇਹ ਠੀਕ ਨਹੀਂ ਹੈ। ਮੈਂ ਰਾਤੀ ਸਿਆਲਕੋਟ ਨਾਲ ਨੂੰ ਬਣਵਾ ਕੇ ਲਿਆ ਇੱਥੋਂ ਸਿਆਲ। ਤਬੀਅਤ ਖਰਾਬ ਹੈ ਜੀ? ਹਾਂਜੀ, ਇਹਦਾ ਨਾ ਪੈਡ ਹੁੰਦੇ ਥੱਲੇ ਲੀਕ ਹੋ ਜਾਂਦੇ ਹੋ, ਉਹ ਮੈਂ ਰਾਤੀ ਬਣਵਾ ਕੇ ਲਿਆ ਨਵੇਂ ਲਵਾ ਕੇ ਲਿਆਂਦੇ। ਅੱਛਾ ਅੱਛਾ। ਉਹਦੀ ਵਜ੍ਹਾ ਤੋਂ ਨਾ ਹਵਾ ਨਹੀਂ ਪੂਰੀ ਇਹਦੇ ਵਿੱਚ ਲੀਕ ਹੋ ਰਿਹਾ। ਇਹ ਇਹ ਇਹਦੇ ਨਾਲ ਵੀ ਨਹੀਂ? ਇਹ ਤਾਂ ਇਹਨੂੰ ਤਾਂ ਕੋਈ ਨਹੀਂ ਮਸਲਾ। ਹਾਂਜੀ, ਨੁਸਰਤ ਜੀ ਦਾ ਕੋਈ ਸੁਣਾ ਦੇ। ਕਿਹੜਾ ਮੌਸਮ? ਨਹੀਂ ਇਹ ਸੁਣਾ ਦੂ। ਕਮਾਲ ਹੈ ਭਾਅ ਜੀ, ਸੱਚੀ ਗੱਲ ਹੈ, ਮਤਲਬ ਕਿ ਮੰਨਣਾ ਪੈਣਾ ਵੀ ਤੁਸੀਂ ਸੱਚਮੁੱਚ ਨਨਕਾਣਾ ਸਾਹਿਬ ਦੇ ਵਿੱਚ ਕਾਫੀ ਤੁਹਾਡਾ ਨਾਮ ਚੱਲ। ਬਸ ਅੱਲਾ ਪਾਕ ਦਾ ਸ਼ੁਕਰ ਹੈ, ਜੋ ਵੀ
इस तुहानू दस्या भी इस काम नू थोड़ा बहुता अगर इत्थे है तो मेरे कोल ही है, बाकी फौजी बैंड ही है। जिद सीखण नू किन्ना कु समा लगदा जी? ए काफी जोर जोर नाल भरनी पैंदी हवा जी? कुछ जोर नाल कोई तजर्बे नाल। अच्छा जी। हां जी, एदा हारमोनियम ते तां असीं देखदे आं भई तीन बहुत सुरां हुंदियां, ए तां तीन दे नाल ही सारा सौंग। ए ਉਹ ਚੀਜ਼ ਆ ਵੀ ਹਾਰਮੋਨੀਅਮ ਵੀ ਇਹਦੇ ਦੇ ਵਿੱਚ ਜਾਣ ਕਿੰਨਾ ਅਤੇ ਉਹਦੇ ਨਾਲ ਪੂਰਾ ਕਿੰਨੇ ਜਿੰਨਾ ਤੁਸੀਂ ਕਿੰਨਾ ਦਬਾਉਂਦੇ ਹੋ ਸਾ ਵੱਜਣਾ ਰੇ ਗਾ ਵਾ ਜੀ ਬਿਲਕੁਲ। ਇਹ ਹਾਰਮੋਨੀਅਮ ਵਾਜਾ ਜਿਹੜਾ ਨਾ 42 ਸੁਰਾਂ ਵਾਲਾ ਵੀ ਇਹਦੇ ਪੂਰੇ ਸੁਰ ਜਿਹੜੇ ਨਾ ਉਹਦੇ ਨਾਲ ਇਹ ਉਹਨੂੰ ਵੀ ਬੰਦ ਕਰ ਦਿੰਦਾ ਜੇ ਆਪਣਾ ਜੇ ਜਿਹੜਾ ਉਹਨੂੰ ਸਮਝ ਕੇ ਵਜਾਉਂਦਾ। ਅੱਗੇ ਬੱਚੇ ਇੰਟਰਸਟ ਲੈ ਰਹੇ ਆ ਜੀ ਇਸ ਕੰਮ 'ਚ? ਹਾਂਜੀ, ਬੱਚੇ ਹੈ ਛੋਟਾ ਸਭ ਤੋਂ। ਅੱਛਾ ਜੀ। ਇਹਦੇ ਤੋਂ ਵੱਡਾ ਜੀ, ਇਹਨਾਂ ਨੂੰ ਵੀ ਇੱਧਰ ਲਾਇਆ, ਇਹਨਾਂ ਨੂੰ ਸਿਖਲਾਈ ਦੇ ਰਹੇ ਥੋੜ੍ਹੀ ਥੋੜ੍ਹੀ ਜੀ ਜੀ, ਅਤੇ ਹੋ ਜਾਣਗੇ ਸੈੱਟ। ਚਲੋ, ਇਹ ਆਪਣਾ ਜੀ ਜਾਂ ਕਿਰਾਏ 'ਤੇ? ਸਰ ਨਹੀਂ, ਕਿਰਾਏ 'ਤੇ ਜੀ। ਰੋਜ਼ੀ ਰੋਟੀ ਠੀਕ ਚੱਲ ਰਹੀ ਹੈ? ਹਾਂਜੀ। ਇਸੇ ਕੰਮ ਦੇ ਨਾਲ ਜਾਂ ਕੋਈ ਹੋਰ ਵੀ ਸਾਈਡ ਬਿਜ਼ਨਸ ਹੈ? ਨਹੀਂ, ਸਾਈਡ ਬਿਜ਼ਨਸ ਨਹੀਂ ਹੈ ਫਿਲਹਾਲ। ਇਹ ਕੌਣ ਹੈ ਜੀ ਛੋਟੂ? ਇਹ ਪੋਤਰਾ ਮੇਰਾ। ਉਹ ਬੱਲੇ, ਕਿਹੜਾ ਬੱਚਾ, ਕਿਹੜਾ ਬੇਟਾ ਵਿਆਹ? ਹਾਂਜੀ, ਇਹਨਾਂ ਤੋਂ ਵੱਡਾ ਜੀ, ਉਹ ਰੰਗ ਪਾਲਿਸ਼ ਦਾ ਕੰਮ ਕਰਦਾ, ਉਹ ਬੈਂਡ ਦਾ ਨਹੀਂ ਕਰਦਾ, ਉਹ ਫਰਨੀਚਰ ਦਾ ਕੰਮ ਕਰਦਾ। ਅੱਛਾ। ਹਾਂਜੀ, ਅੱਬੂ ਵਾਲਾ ਕੰਮ ਸਿੱਖਣਾ? ਫਿਰ ਸਿੱਖਣਾ ਨਹੀਂ? ਕਿਉਂ ਪੁੱਤ, ਸਿੱਖਣਾ ਕਿਉਂ ਨਹੀਂ? ਹੁਣ ਮਸਲਾ ਇਹਨਾਂ ਵਾਲਾ ਨਹੀਂ ਰਹਿ ਗਿਆ, ਇਹ ਬਸ ਜਿੰਨਾ ਚਿਰ ਹੈ ਅਸੀਂ ਕਰਾਂਗੇ, ਅੱਗੇ ਕੋਈ ਪਤਾ ਨਹੀਂ। ਚਲੋ, ਤੁਹਾਡੀ ਲੰਮੀ ਉਮਰ ਹੋਵੇ, ਤੁਹਾਡੇ ਕੰਮ ਹੋਰ। ਇਹਨਾਂ ਨੂੰ ਆਖੀ ਤਾਂ ਇਹ ਗੱਲ ਹੈ ਸੀ ਵੀ ਬੇਟਾ ਇਹ ਆਪਣਾ ਖਾਨਦਾਨੀ ਕੰਮ ਅਤੇ ਇਹਨੂੰ ਵਧਾਉਣਾ ਤੁਹਾਡਾ ਕੰਮ, ਅਤੇ ਕਰ ਲੈਣਗੇ ਤਾਂ ਚਲੋ ਇਹਨਾਂ ਦੀ ਮਿਹਰਬਾਨੀ, ਅਤੇ ਨਾ ਕਰਨਗੇ ਤਾਂ ਫਿਰ ਅਸੀਂ ਤਾਂ ਜਿੰਨੀ ਦੇਰ ਐ ਕਰ ਰਹੇ ਹਾਂ ਆਪਣੇ ਬਾਪ ਦਾਦੇ ਦੀ ਗੱਲ ਲੈ ਕੇ ਟੁਰੇ ਹੋਏ ਹਾਂ। ਹਾਂਜੀ, ਸਹੀ ਹੈ। ਸੋ ਬਹੁਤ ਖੂਬਸੂਰਤ ਪਲ ਪਾਕਿਸਤਾਨ ਦੇ ਵਿੱਚ ਬਾਈ ਮੰਗੂ ਜੀ ਹੋਰਾਂ ਦੇ ਨਾਲ ਜਿਹੜੇ ਹੈਗੇ ਅਸੀਂ ਨਿਭਾਏ ਆ ਇੱਥੇ, ਕਿਉਂਕਿ ਜਦੋਂ ਅਸੀਂ ਆਉਂਦੇ ਹੀ ਹਾਂ ਤਾਂ ਉਦੋਂ ਆਵਾਜ਼ਾਂ ਸਾਨੂੰ ਆਈਆਂ ਵੀ ਯਾਰ ਬੈਂਡ ਵੱਜ ਰਿਹਾ, ਅਤੇ ਦੂਜੀ ਗੱਲ ਇਹ ਵੀ ਇੱਕ ਸੀਗਾ ਵੀ ਹਾਂ ਇਹ ਬੈਂਡ ਅਲੋਪ ਹੁੰਦਾ ਜਾ ਰਿਹਾ। ਜੇ ਆਪਾਂ ਭਾਰਤ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਰਹਿ ਗਏ, ਇੱਥੇ ਵੀ ਇਸੇ ਤਰ੍ਹਾਂ ਇੱਥੇ ਵੀ ਬਹੁਤ ਘੱਟ। ਦੂਸਰਾ ਜਿਹੜਾ ਬੈਂਡ ਨਾ ਫੌਜੀ ਬੈਂਡ, ਹਾਂਜੀ ਉਹ ਤਾਂ ਬਹੁਤ ਆ, ਲੇਕਿਨ ਇਹ ਜਿਹੜਾ ਬਰਾਸ ਬੈਂਡ ਇਹ ਬਹੁਤ ਘੱਟ ਆ। ਜਿਹਦੇ ਜਦੋਂ ਕੋਈ ਹੈ ਕੋਈ 10-12-15 ਬੰਦੇ ਨੇ ਨਾ, ਅਸੀਂ ਕਹਿੰਦੇ ਵੀ ਉਹ ਬੜੀ ਗੱਲ ਜਿਹਦੇ ਕੋਲ ਇਹ ਵਜਾਉਣ ਵਾਲੇ ਬੰਦੇ ਹੈ, ਨਹੀਂ ਤਾਂ ਦੂਸਰਾ ਬੈਂਡ ਵਾਲੇ ਜਿਹੜੇ ਬੰਦੇ ਉਹਨਾਂ ਦੀ ਕੋਈ ਗਿਣਤੀ ਨਹੀਂ, ਕੋਈ ਉਹਨਾਂ ਦਾ ਮਸਲਾ ਨਹੀਂ, ਉਹ ਯਾਨੀ ਕਿ ਬਹੁਤ ਇਹ ਘੱਟ ਆ। ਪਰ ਇੱਕ ਗੱਲ ਇਹ ਵੀ ਤਾਂ ਹੈ ਭਾਅ ਜੀ, ਜਿਵੇਂ ਆਪਾਂ ਕੋਈ ਚੀਜ਼ ਪੁਰਾਣੀ ਹੋ ਜਾਂਦੀ ਫਿਰ ਨਵੀਂ ਆ ਜਾਂਦੀ, ਪਰ ਉਸ ਤੋਂ ਬਾਅਦ ਫਿਰ ਉਸੇ ਦਾ ਦੌਰ ਆਉਂਦਾ। ਇਹਦਾ ਹੁਣ ਦੌਰ ਆ ਗਿਆ ਫਿਰ ਦੁਬਾਰਾ, ਬੰਦੇ ਯਾਨੀ ਕਿ ਨਾ ਜਿਹੜੇ ਕੋਈ ਗਾਹਕ ਸਾਡੇ ਕੋਲ ਆਉਂਦੇ ਨੇ ਉਹ ਸਾਡੇ ਕੋਲੋਂ ਬਰਾਸ ਬੈਂਡ ਮੰਗਦੇ ਨੇ ਵੀ ਪੁਰਾਣਾ ਵਾਜਾ ਸਾਨੂੰ ਦਿਓ। ਇਹਦੇ ਵਿੱਚ ਸਮਝ ਆਉਂਦੀ ਸਾਰੀ, ਕਿਹੜਾ ਗਾਣਾ ਵੱਜ ਰਿਹਾ, ਕਿਹੜੀ ਕੋਈ ਨਾਤ ਵੱਜ ਰਹੀ ਹੈ, ਕੋਈ ਜੋ ਵੀ ਯਾਨੀ ਕਿ ਨਾ ਇਹ 'ਚ ਸਮਝ ਆਉਂਦੀ, ਅਤੇ ਉਹ ਕਈਆਂ ਬੰਦਿਆਂ ਨੂੰ ਉਹਦੀ ਸਮਝ ਨਹੀਂ ਆਉਂਦੀ, ਬਸ ਦੂਸਰਾ ਡਰੰਮ ਦੀ ਆਵਾਜ਼ ਆਉਂਦੀ, ਅਤੇ ਬਾਕੀ ਜਿੰਨਾ ਜਿਹੜੇ ਕੋਈ ਸਰਕਾਰੀ ਬੈਂਡ ਨੇ ਉਹਨਾਂ ਦੀ ਫਿਰ ਉਹਨਾਂ ਨੂੰ ਸਾਰੀ ਸਮਝ ਹੈ, ਉਹਨਾਂ ਨੇ ਤਰੀਕੇ ਨਾਲ ਉਹ ਕਰਨਾ। ਆਮ ਪਿੰਡਾਂ ਥਾਵਾਂ ਦੇ ਵਿੱਚ ਰਿਪੇਅਰ ਵਗੈਰਾ ਜਦੋਂ ਕਰਨੀ ਹੋਵੇ ਉਹ ਵੀ ਆਪਣੇ ਆਪ ਹੀ ਕਰ ਲੈਂਦੇ? ਥੋੜ੍ਹਾ ਬਹੁਤਾ ਕਰ ਲਈਦਾ, ਨਹੀਂ ਤਾਂ ਸਿਆਲਕੋਟ ਜਾਣਾ ਪੈਂਦਾ। ਕਿੰਨੀ ਕੁ ਦੂਰੀ 'ਤੇ ਹੈ ਜੀ ਇੱਥੋਂ? ਇੱਥੋਂ ਹੈ 250 ਕਿਲੋਮੀਟਰ। ਸੋ ਬਾਈ ਜੀ, ਲਾਸਟ ਦੇ ਵਿੱਚ ਜ਼ਰੂਰ ਇੱਕ ਆਪਣੀ ਮਨ ਪਸੰਦ ਦਾ ਕੋਈ ਧੁਨ ਕੋਈ ਗੀਤ ਸੁਣਾ ਦਿਓ। ਚਲੋ, ਅੱਛਾ ¶¶
ਜਿਹੜੇ ਇਸ ਵੇਲੇ ਬੰਦੇ ਨਹੀਂ ਸੀ ਪਰ ਸਾਡੇ ਕੋਲ ਸਮਾਂ ਨਹੀਂ ਸੀ ਬਾਈ ਜੀ ਨੇ ਕਿਹਾ ਵੀ ਆ ਵੀ ਤੁਸੀਂ ਜੇ ਸਵੇਰੇ ਆ ਜਾਓ ਅਸੀਂ ਕਿਹਾ ਸੀ ਸਵੇਰੇ ਚਲੇ ਜਾਣਾ ਜੀ ਵੀ ਸਾਨੂੰ ਬਈ ਹੁਣੇ ਆਪਾਂ ਮੰਗੂ ਭਾਅ ਜੀ ਦੀ ਮੁਲਾਕਾਤ ਜਿਹੜੀ ਹੈਗੀ ਆ ਲੋਕਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰਵਾ ਦਈਏ ਅਤੇ ਕਿਉਂਕਿ ਮੰਗੂ ਬਾਈ ਜੀ ਹੋਰੀ ਬਹੁਤ ਇੱਥੇ ਦੇ ਮੰਨੇ ਜਾਂਦੇ ਨੇ ਬੈਂਡ ਮਾਸਟਰ ਨੇ ਬੈਂਡ ਮੇਰਾ ਚੱਲ ਰਿਹਾ ਅੱਛਾ ਉਸਤਾਦ ਮੰਗੂ ਬਰਾਸ ਬੈਂਡ ਅੱਛਾ ਜੀ ਯੂਟਿਊਬ 'ਤੇ ਵੀ ਜੀ ਹਾਂਜੀ ਸਾਰਾ ਨੈੱਟ 'ਤੇ ਹੈ ਬੈਂਡ ਮੇਰਾ ਵੱਖ ਵੱਖ ਧੁਨਾਂ ਪਾਈਆਂ ਹੋਈਆਂ ਤੁਹਾਡੀਆਂ ਉੱਥੇ ਹਾਂਜੀ ਉੱਥੋਂ ਵੀ ਚੱਕ ਲਾਂਗੇ ਇੱਕ ਅੱਧੀ ਅਸੀਂ ਫਿਰ ਹਾਂਜੀ ਵਟਸਐਪ 'ਤੇ ਵੀ ਪੂਰੀ ਟੀਮ ਦੀਆਂ ਹਾਂਜੀ ਪੂਰੀ ਟੀਮ ਦੀਆਂ ਕਾਫੀ ਸਾਰੀਆਂ ਨੇ ਸੋ ਲਓ ਜੀ ਉਸਤਾਦ ਮੰਗੂ ਸਾਹਿਬ ਦਾ ਤੁਸੀਂ ਜ਼ਰੂਰ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਧੁਨਾਂ ਪਜਾਏ ਹਾਂਜੀ ਹਾਂਜੀ ਵਧੀਆ ਵਧੀਆ ਆਪਣੇ ਪੰਜਾਬ ਦੇ ਹਿਸਾਬ ਨਾਲ ਇੰਡੀਆ ਦੇ ਹਿਸਾਬ ਨਾਲ ਕਲਚਰ ਦੇ ਹਿਸਾਬ ਹਾਂਜੀ ਗੀਤ ਜਿਹੜੇ ਵੀ ਮੈਂ ਵਜਾਏ ਨੇ ਪੂਰੇ ਵਜਾਏ ਆਪਣੇ ਪੂਰੇ ਬੰਦਿਆਂ ਦੇ ਨਾਲ ਪੂਰੀ ਟੀਮ ਨਾਲ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਬਾਈ ਜੀ ਮਿਹਰਬਾਨੀ ਅਤੇ ਅਸੀਂ ਕੁਛ ਲੈ ਕੇ ਤਾਂ ਨਹੀਂ ਆਏ ਬਈ ਇੱਥੇ ਹੈ ਨਾ ਜੀ ਅਸੀਂ ਚਾਹੁੰਦੇ ਸੀ ਬਈ ਪਰ ਸਾਨੂੰ ਬਾਰਡਰ ਦੇ ਉੱਤੋਂ ਨਹੀਂ ਟੱਪਣ ਦਿੱਤਾ ਜਾਂਦਾ ਪਰ ਮੈਂ ਤੁਹਾਨੂੰ ਇੰਡੀਅਨ ਕਰੰਸੀ ਹੈ ਜੀ 500 ਰੁਪਏ ਦਾ ਨੋਟ ਹੈ ਜੀ ਇਹ ਇੰਡੀਆ ਦਾ ਹੈ ਨਾ ਜੀ ਇਹ ਸਾਡੇ ਵੱਲੋਂ ਪਿਆਰ ਬਹੁਤ ਸ਼ੁਕਰੀਆ ਭਾਅ ਜੀ ਠੀਕ ਹੈ ਜੀ ਸੋ ਇਹ ਸੀ ਉਸਤਾਦ ਮੰਗੂ ਸਾਹਿਬ ਮੰਗੂ ਭਲਵਾਨ ਜਿਹੜੇ ਕਿ ਬੈਂਡ ਮਾਸਟਰ ਨੇ ਕਾਫੀ ਜ਼ਿਆਦਾ ਫੇਮਸ ਨੇ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕੀਤੀ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਦੇ ਵਿੱਚ ਜ਼ਰੂਰ ਆਪਣੀ ਰਾਏ ਦੇ ਸਕਦੇ ਹੋ ਸਤਨਾਮ ਸਿੰਘ ਅਤੇ ਮਨਵਿੰਦਰ ਸਿੰਘ ਪਾਣਾ ਦੇ ਨਾਲ ਮੈਂ ਜਗਦੀਪ ਸਿੰਘ ਪਾਕਿਸਤਾਨ ਪੰਜਾਬੀ ਲੋਕ ਚੈਨਲ